ਕੋਈ ਏਸੀ ਨਹੀਂ ਕੋਈ ਕੂਲਰ ਨਹੀਂ ਦੋ ਪੱਖੇ ਪੁੱਖੇ ਕਿੰਨੇ ਲੱਗੇ ਘਰ ਚ ਕੀ ਹੈਗਾ ਸਿਰਫ ਇੱਕ ਫਰਿੱਜ ਹੈ ਜੀ ਪੱਖਾ ਹੋਊਗਾ ਬਲਬਿਆ ਬਸ ਇੱਕ ਫਰਿੱਜ ਹੈ ਇੱਕ ਪੱਖਾ ਹਾਂਜੀ ਕੋਈ ਏਸੀ ਨਹੀਂ ਜੀ ਇੱਕ ਕੂਲਰ ਨਹੀਂ ਜੀ ਕੁਛ ਨਹੀਂ ਤੂੰ ਇਹ ਜਿਹੜਾ ਅੱਖ ਦੇ ਲੈ ਮੈਂ ਤਾਂ ਤੁਹਾਨੂੰ
गलत गल वा तो दस देव कुंडी ला रही जुर्माने पाते करके बिल तो है ही मेहनत दिखा देता घर वाले ना भी कुछ सुने तो फिर गलत गल मसला जी बिजली का ही है। वड्डी जवान बेटी आ, वो किसे दा घर काम करके आप खेती बाड़ी का काम करते घरों बेचारी जिंदे ला के चल जाती है। भी मम्मा गर्मी लगती है, ताइया चाचिया के घर कि चेर को बैठे रहे। सानू मीटर का मसला हल है, साढ़े मीटर लगने चाहिए। बिजली का बिल कि आया जी ता जी? बिल देख लो जी बथेरे आए, 87291। हाँ जी साढ़े मीटर लगने चाहिए। एक घर च की लगा जी? हाँ जी दो कमरे है तो दो पक्खे है। हाँ जी मोटर भी कर। हाँ जी बीबी जी की होया जी? अपना थोड़े बिल किन्ने आए हैं जी? सब तो पहला तो अपने बिल दिखाओ। 84,006 रुपये। की हैगा जी घर दे विच? घरां दे विच दो बल्ब जगदे आ, छत्तां वाले पक्खे ओदा नहीं हैगे, सिर्फ दूजा पक्खा एक ही चलदा वा, होर कुछ नहीं है साडे घरां च। फ्रिज भी है, ना टीवी है साडे। ਤੁਸੀਂ ਇਸ ਸਬੰਧੀ ਬਿਜਲੀ ਮਹਿਕਮੇ ਚ ਅਫਸਰਾਂ ਨੂੰ ਮਿਲ ਕੇ ਆਏ ਹੋ? ਨਹੀਂ
ਭਾਜੀ ਇੱਥੇ ਆਏ ਸੀ ਤੇ ਕੁੰਡੀ ਲਾਈ ਤੇ ਕੁੰਡੀ ਲਾ ਕੇ ਲੈ ਗਏ ਸਾਡੀ ਜਦੋਂ ਅਸੀਂ ਪੁੱਛਿਆ ਵੀ ਕੁੰਡੀ ਤੁਸੀਂ ਨਾ ਲਾਓ ਵੀ ਛੋਟੇ ਛੋਟੇ ਬੱਚੇ ਅੰਦਰਾਂ 'ਚ ਬੈਠੇ ਕਹਿੰਦੇ ਤੁਹਾਨੂੰ ਸ਼ਰਮ ਨਹੀਂ ਆਉਂਦੀ ਕੁੰਡੀ ਲਾਉਂਦਿਆਂ ਨੂੰ ਕਿ ਤੁਸੀਂ ਕੁੰਡੀ ਕਿਹਨਾਂ ਨੂੰ ਪੁੱਛ ਕੇ ਲਾਈ ਆ ਅਸੀਂ ਕਹਿੰਦੇ ਆ ਵੀ ਸਰਕਾਰੀ ਚੋਰੀ ਕਰਨ ਦੇ ਆ ਤੁਸੀਂ ਉਹਨਾਂ ਨੂੰ ਇਹ ਨਹੀਂ ਕਿਹਾ ਕਿ ਬੇਲੇ ਨੇ ਫਾਦੂ ਭੇਜਦੇ ਆ ਤੁਸੀਂ ਕਿਹਾ ਹੀ ਕਹਿੰਦੇ ਵੀ ਇਹ ਹੁਣ ਬਿੱਲ ਤੁਹਾਨੂੰ ਆਏ ਆ ਤੁਹਾਨੂੰ ਤਾਰਨੇ ਪੈਣੇ ਆ ਅਸੀਂ ਕਿਹਾ ਵੀ ਇੰਨੇ ਬਿੱਲ ਅਸੀਂ ਕਿੱਥੋਂ ਉਤਾਰੀਏ ਭਾਜੀ ਤੇ ਕਹਿੰਦੇ ਵੀ ਇਹ ਬਿੱਲ ਹੁਣ ਅਸੀਂ ਕਿਹਾ ਵੀ ਚੱਲ ਥੋੜੇ ਥੋੜੇ ਕਰਕੇ ਲੈ ਲਓ ਕਹਿੰਦੇ ਵੀ ਥੋੜੇ ਥੋੜੇ ਨਹੀਂ ਇਹ ਸਾਰੇ ਤੁਹਾਨੂੰ ਤਾਰਨੇ ਪੈਣੇ ਆ ਦਿਹਾੜੀਦਾਰ ਵਾਲੇ ਬੰਦੇ ਆ ਭਾਜੀ ਅਸੀਂ ਬਿੱਲ ਕਿੱਥੋਂ ਇੰਨਾ ਉਤਾਰੀਏ ਅਸੀਂ ਬੱਚਿਆਂ ਦੇ ਢਿੱਡ ਪਾਲੀਏ ਕਿ ਜਾਂ ਬਿੱਲ ਉਤਾਰੀਏ ਅਸੀਂ ਇਹ ਸਾਡਾ ਹੁਣ ਮਸਲਾ ਹੱਲ ਤਾਰਨ ਕਰਨਾ ਪੈਣਾ दो बल्ब वा जाके दे सकते साडे कपड़े धोण वाली मशीन भी नहीं गी कुछ नहीं गा होर चलन दिया हा कोई मोटर नहीं गी कुछ नहीं गा दसो असीं की करगे साडे बच्चे आ ਉਹ ਦੇਖੋ ਜਾ ਕੇ ਗਰਮੀ ਦੇ ਵਿੱਚ ਕਿੱਦਾਂ ਮਾਹੌਲ ਹੈ ਕਿੰਨਾ ਬਿੱਲ ਭੇਜਿਆ ਜੀ ਤੁਹਾਨੂੰ ਆ ਦੇਖ ਆ ਤੁਹਾਡੇ ਸਾਹਮਣੇ ਆ ਨਾਮ ਵੀ ਲਿਖੀ ਜਾਂਦੇ ਆ 57000 ਹਾਂਜੀ ਘਰ 'ਚ ਕੀ ਕੀ ਲੱਗਾ ਜੀ ਘਰ ਦੇ ਵਿੱਚ ਜਾ ਕੇ ਦੇ ਸਕਦੇ ਇੱਕ ਪੱਖਾ ਵਾ ਬਰਾਂਡੇ ਦੇ ਵਿੱਚ ਟੰਗਿਆ ਹੈ ਪਿਛਲਾ ਉਦਾਂ ਖਰਾਬ ਹੋਇਆ ਵਾ ਉਹ ਸਾਲ ਹੀ ਹੋ ਗਿਆ ਖਰਾਬ ਹੋਇਆ ਉਹ ਅਸੀਂ ਬਣਵਾਉਣੇ ਦਿੱਤਾ ਉਹਨੇ ਸਾਨੂੰ ਮਿਸਤਰੀ ਨੇ ਦਿੱਤਾ ਹੀ ਨਹੀਂਗਾ ਦੋ ਤਿੰਨ ਬਲਬ ਜਗਦੇ ਸਾਰੇ ਜਣੀਆਂ ਤਿਆਰੀ ਕਰ ਲਿਓ ਕਦੀ ਆ ਗਿਆ 3 ਕਦੀ 4 ਇਹਨੇ ਨਿਤਾਰਦੇ ਰਹੇ ਠੀਕ ਹੈ ਹਾਂਜੀ।